अपने विजय कुमार ला दे प्रूफ है प्रूफ की किस चीज मतलब फोन कॉलिंग वगैरह कि गुस्सा ना करी ਜਿੱਦਾਂ ਤੁਸੀਂ ਇਸ ਦੀ ਗੱਲ ਕਰ ਰਹੇ ਸੀ ਪੀ ਆਫਿਸ ਆਉਂਦੇ ਵੇਲੇ ਐਸਐਚਓ ਨਾਲ ਕੋਈ ਗੱਲਬਾਤ ਕੀਤੀ ਕਿ ਇਹਨੇ ਏਦਾਂ ਕੀਤਾ ਸਾਨੂੰ 18 ਤਰੀਕ ਤੋਂ ਲੈ ਕੇ ਇਹ ਗੱਲ ਤਾਂ ਗੁੱਸਾ ਨਾ ਕਰੀ ਕਿਤੇ ਹੋਰ ਜਾਣਾ ਮੈਨੂੰ ਉਹਦੇ ਕਿਹਾ ਵੀ ਹੋਰ ਜਾਣਾ ਮੈਂ ਉਹਨਾਂ ਨੂੰ ਵੀ ਕਾਲ ਕਰ ਲਿਆ ਕਿ ਤੁਸੀਂ ਮੈਨੂੰ ਪਿਆਰ ਨਾਲ ਬਾਰ ਬਾਰ ਖਾਣੇ ਬੁਲਾਉਂਦੇ ਸੀ ਜਾਂ आरोप लगाए जा रहे ने एक एएसआई दे उत्ते कि उन्हें कहा जा रहा कि उन्हें शरीरी संबंध बना नहीं तो तेरे उत्ते झूठा पर्चा दर्ज कर दिया जाएगा। देखो मैटर तुसी हुणे लड़की पेश हुई सी मैं फिर तुहाडे कोल बाहर आके तुहाडे नाल रूबरू होया इस तों बाद मैं एसएचओ नाल गल कीती इहदे विच ना इह जिहड़ी लड़की है ये राजवीर सिंह है इहदे नाल इहदा रिश्ता होना वा ब्याह होना वा तक ब्याह है नहीं कह सकते मंगेतर है उहदी ये राजवीर तो असी 17/5/2021 ਨੂੰ ਇਹਦੇ ਕੋਲ ਅਸੀਂ 505 ਗ੍ਰਾਮ ਜਿਹੜੀ ਓਪੀਅਮ ਫੜੀ ਸੀਗੀ ਪਲੱਸ ਉਹਦੇ ਕੋਲ ਇੱਕ ਪਿਸਟਲ ਕੰਟਰੀ ਮੇਡ ਫੜਿਆ ਸੀਗਾ ਨਾਲ ਉਹਦੇ ਕੋਲ 95,000 ਡਰੱਗ ਮਨੀ ਫੜੀ ਸੀਗੀ ਇਹ ਜਿਹੜੀ ਲੜਕੀ ਇਹ ਪਰਚਾ ਦਿੱਤਾ ਸੀ ਅਸੀਂ ਰਾਜਵੀਰ ਅਤੇ ਉਹਦੀ ਮਾਤਾ 'ਤੇ ਇਹ ਜਿਹੜੀ ਲੜਕੀ ਹੈ ਇਹ ਆਪਣੀ ਭਰਜਾਈ 'ਤੇ ਸ਼ੱਕ ਕਰਦੀ ਸੀਗੀ ਵੀ ਇਹਨਾਂ ਸ਼ਾਇਦ ਕੋਈ ਇਨਫੋਰਮੇਸ਼ਨ ਦੇ ਕੇ ਜਿਹੜੀ ਇਹਨਾਂ ਨੂੰ ਫੜਾਇਆ ਵਾ ਇਹਦੀ ਭਰਜਾਈ ਦੀ ਅਤੇ ਉਹਦੀ ਆਪਸ ਵਿੱਚ ਲੜਾਈ ਹੋਈ ਸੀਗੀ ਜਿਹੜੀ ਕਿ ਏਸ ਆਈ ਵਿਜੇ ਕੁਮਾਰ ਨੇ ਜਿਹੜੀ ਉਹ ਕੀਤੀ ਸੀ ਡੀਲ ਉਹਦੇ ਖਿਲਾਫ਼ ਵੀ ਪ੍ਰਿਵੈਂਟਿਵ ਐਕਸ਼ਨ ਲਿੱਤਾ ਇਹਦੇ ਖਿਲਾਫ਼ ਵੀ ਬਾਕੀ ਅਸੀਂ ਪ੍ਰੋਪਰ ਪਰਚਾ ਦਿੱਤਾ ਹੈ ਪ੍ਰੋਸੀਜਰ ਅਡੋਪਟ ਕਰਦੇ ਜੇ ਕੋਈ ਇਹਦੇ ਹੋਰ ਐਲੀਗੇਸ਼ਨ ਹੈ ਉਹ ਅਸੀਂ ਪ੍ਰੋਵ ਕਰ ਲੈਂਦੇ ਹਾਂ ਮਗਰ ਵਿਜੇ ਇਹ ਇਹਦੇ ਵੱਲੋਂ ਆਰੋਪ ਹੈ ਕਿ ਵਿਜੇ ਕੁਮਾਰ ਇਹਨੂੰ ਕਹਿ ਰਿਹਾ ਕਿ ਮੇਰੇ ਨਾਲ ਸਰੀਰਕ ਸੰਬੰਧ ਬਣਾ ਨਹੀਂ ਤਾਂ ਤੇਰੇ ਉੱਤੇ ਤੇ ਪਰਚਾ ਦਰਜ ਕਰ ਦਿੱਤਾ ਜਾਊਗਾ ਦੇਖੋ ਗੱਲ ਸੁਣੋ ਇੱਕ ਆਲਰੇਡੀ ਕਰ ਦਿੱਤਾ ਹੈ ਕਿ ਮੇਰੀ ਭਰਜਾਈ ਨੂੰ ਕੁੱਟਿਆ ਦੇਖੋ ਗੱਲ ਸੁਣੋ ਜਿਹੜੀ ਭਰਜਾਈ ਦੇ ਨਾਲ ਇਹ ਲੜੀ ਜਾ ਕੇ ਉਹਨਾਂ ਨੇ 57 ਦੋਨਾਂ ਪਾਸੋਂ ਪ੍ਰੀਵੈਂਟਿਵ ਐਕਸ਼ਨ ਲੈ ਲਿਆ ਜਿਹੜਾ ਬਣਦਾ ਸੀਗਾ ਡਰੱਗ ਮਨੀ ਪਲੱਸ ਪਿਸਟਲ ਪਲੱਸ ਜਿਹੜਾ ਉਹ ਓਪੀਐਮ ਮਿਲੇ ਇਹਦੇ ਘਰ ਵਾਲੇ ਤੋਂ ਉਹ ਕੇਸ ਇੱਕ ਸੈਪਰੇਟ ਹੈ ਜਿਹੜੀ ਇਹਦੀ ਗੱਲ ਹੈ ਉਹ ਜਿਹੜਾ ਅਸੀਂ ਇਹਦਾ ਇਹਦੀ ਆਪਣੀ ਭਰਜਾਈ ਦੇ ਨਾਲ ਰੌਲਾ ਸੀਗਾ ਉਹ ਅਸੀਂ ਪ੍ਰੀਵੈਂਟਿਵ ਐਕਸ਼ਨ ਲਿਆ ਵੀ ਇਸ ਸਹੀ ਵਿਜੇ ਕੁਮਾਰ ਨੇ ਹਾਂ ਬਾਕੀ ਅਸੀਂ ਜਿਹੜਾ ਕੋਈ ਇਹਦਾ ਹੋਰ ਐਲੀਗੇਸ਼ਨ ਉਹ ਤਸਦੀਕ ਕਰ ਲੈਂਦੇ ਲੜਕੀ ਦਾ ਕਹਿਣਾ ਮੇਰੇ ਕੋਲ ਪ੍ਰੂਫ ਹੈਗਾ ਅਗਰ ਪ੍ਰੂਫ ਜਿਹੜੇ ਐਲੀਗੇਸ਼ਨ ਸੱਚ ਨਿਕਲੇ ਕੀ ਕਰ ਦਿੱਤੇ ਹੋ ਪ੍ਰੂਫ ਦੇਣ ਸਾਨੂੰ ਐਲੀਗੇਸ਼ਨ ਸਹੀ ਨਿਕਲੇ ਕੀ ਕਰ ਦਿੱਤੇ ਲੜਕੀ ਦਾ ਆਰੋਪ ਇਹ ਵੀ ਹੈ ਕਿ ਵਿਜੇ ਕੁਮਾਰ ਦਾ ਦੋ ਲੇਡੀਜ਼ ਨਾਲ ਹੋਰ ਵੀ ਸੰਬੰਧ ਹੈ ਦੇਖੋ ਯਾਰ ਇਹਦੇ ਵਿੱਚ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਤੁਸੀਂ ਜੋ ਵੀ ਉਹਦਾ ਕੋਈ ਐਲੀਗੇਸ਼ਨ ਹੈ ਦੋ ਅਸੀਂ ਉਹਨੂੰ ਦੀਕਸ਼ਾ ਤੇ ਅਨੂ ਦੇ ਨਾਲ ਜਿਹਦੇ ਨਾਲ ਵੀ ਹੈ ਵਾ ਤੁਸੀਂ ਦੋ ਵੇਖੋ ਐਕਿਊਜ਼ ਦੀ ਇੱਕ ਵਾਈਫ ਹੈ ਆਪਾਂ ਕੋਈ ਵੀ ਐਲੀਗੇਸ਼ਨ ਲਾ ਸਕਦੀ ਆਪਾਂ ਪ੍ਰੂਫ ਕਰਾਂਗੇ ਉਹਦਾ ਜੇ ਉਹ ਤਾਂ ਸਾਡਾ ਮੁਲਾਜ਼ਮ ਗਲਤ ਹੋਇਆ ਅਸੀਂ ਉਹਦੇ ਖਿਲਾਫ਼ ਕਾਰਵਾਈ ਕਰਾਂਗੇ ਓਕੇ।